ਉਹ ਤਾਂ ਜੀ ਬਹੁਤ ਮਾੜਾ ਕੀਤਾ ਸਾਡੇ ਚੀਫ ਮਿਨਿਸਟਰ ਸਾਹਿਬ ਨੇ, ਸਾਡੇ ਧਨੌਲੇ ਦੇ ਐਸ ਐਚ ਓ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ, ਅਤੇ ਉਹ ਸ਼ੰਗਾਰਾ ਸਿੰਘ ਦੇ ਪੁੱਤ ਹੈਗੇ ਹੈ ਕੋਟ ਦੂਨੇ ਦੇ, ਅਤੇ ਇਹ ਸਾਡਾ ਪਰਿਵਾਰ ਹੈ। ਅਤੇ ਸ਼ੰਗਾਰਾ ਸਿੰਘ ਜੀ ਸਾਡੇ ਮੁੱਖ ਜਥੇਦਾਰ ਸੀਗੇ, ਅਤੇ ਇਹਨਾਂ ਨੇ ਬਹੁਤ ਸਮਾਜਿਕ ਕੰਮ ਕੀਤੇ ਹੈ। ਇਹਨਾਂ ਨੂੰ ਫੜ ਕੇ ਲੁਧਿਆਣੇ ਦੇ ਸੀ ਆਈ ਏ 'ਚ ਲੈ ਗਏ, ਉੱਥੇ ਇਹਨਾਂ ਦੇ ਉੱਤੇ ਬਹੁਤ ਬੁਰੀ ਤਸ਼ੱਦਦ ਕੀਤੀ, ਜਿਹੜੀ ਮੈਂ ਵੀਡੀਓ ਦੇ ਉੱਤੇ ਵੀ ਤੁਹਾਨੂੰ ਪ੍ਰਕਾਸ਼ ਕੀਤੀ ਹੈ। ਅਤੇ ਚੀਫ ਮਿਨਿਸਟਰ ਸਾਹਿਬ ਨੇ ਇਹਨਾਂ ਦੇ ਨਾਲ ਗੱਲਬਾਤ ਵੀ ਸੀ ਆਈ ਏ ਲੁਧਿਆਣੇ ਦੇ ਵਿੱਚ ਕੀਤੀ ਕਿ ਤੂੰ ਸਾਡੀ ਗੌਰਮੈਂਟ ਦੇ ਖਿਲਾਫ਼ ਨਾ ਬੋਲਿਆ ਕਰ। ਅਤੇ ਭਾਣਾ ਸਿੱਧੂ ਨੇ ਕਿਹਾ ਕਿ ਜੇ ਤੁਸੀਂ ਚੰਗੇ ਕੰਮ ਕਰੋਗੇ ਤਾਂ ਮੈਂ ਚੰਗਾ ਹੀ ਲਿਖੂੰਗਾ ਅਤੇ ਬੋਲੂੰਗਾ, ਜੇ ਤੁਸੀਂ ਜਿੰਨੇ ਵੀ ਵਾਅਦੇ ਕੀਤੇ ਆ ਉਹਨਾਂ ਦੇ ਉੱਤੇ ਉਤਰੇ ਨਹੀਂ, ਬੇਰੁਜ਼ਗਾਰੀ ਇੰਨੀ ਹੋ ਗਈ ਹੈ, ਝੂਠੇ ਮੁਕਾਬਲੇ ਪੁਲਿਸ ਦੇ ਫੇਰ ਸ਼ੁਰੂ ਹੋ ਗਏ ਹੈ, ਅਤੇ ਰਿਸ਼ਵਤਖੋਰੀ ਇੰਨੀ ਹੋ ਗਈ ਹੈ, ਅਤੇ ਪੰਜਾਬ ਦਾ ਹਾਲ ਬਹੁਤ ਬੁਰਾ ਹੋ ਗਿਆ, ਕਿਤੇ ਵੀ ਲੁੱਟ ਹੋ ਜਾਂਦੀ ਹੈ, ਕਿਤੇ ਵੀ ਕੁੱਟ ਹੋ ਜਾਂਦੀ ਹੈ, ਅਤੇ ਮੈਂ ਤਾਂ ਇਹ ਸੱਚ ਬੋਲਣਾ। ਪਰ ਇਹਨਾਂ ਨੂੰ ਬਰਫ਼ ਦੇ ਵਿੱਚ ਵੀ ਪਾਇਆ ਗਿਆ ਵਿਚਾਰੇ ਬੰਦੇ ਨੂੰ ਇਹੋ ਜਿਹੀ ਠੰਡ ਦੇ ਵਿੱਚ, ਜਿਹੜੇ ਅੱਜ ਵੀ ਰਜਾਈ ਲੈ ਕੇ ਅਸੀਂ ਠਰ ਠਰ ਰਾਤ ਨੂੰ ਕੰਮਦੇ ਹਾਂ। ਅਤੇ ਇਹੋ ਜਿਹਾ ਵਤੀਰਾ ਇਹ ਆਪਣੇ ਬੰਦਿਆਂ ਨਾਲ ਕਰਨਾ। ਅਕਸਰ ਚੀਫ ਮਿਨਿਸਟਰ ਸਾਹਿਬ ਇੱਥੋਂ ਦੇ ਮੈਂਬਰ ਪਾਰਲੀਮੈਂਟ ਰਹੇ ਹੈ, ਜਿਵੇਂ ਮੈਂ ਮੈਂਬਰ ਪਾਰਲੀਮੈਂਟ ਹਾਂ, ਅਤੇ ਮੇਰਾ ਤਾਂ ਇਹ ਸਾਰਾ ਪਰਿਵਾਰ ਹੈ ਇਹ ਸੰਗਰੂਰ ਅਤੇ ਬਰਨਾਲਾ ਅਤੇ ਮਲੇਰਕੋਟਲਾ। ਅਤੇ ਇਸ ਤਰ੍ਹਾਂ ਦਾ ਬੁੱਚੜ ਖਾਨਾ ਕਰਨਾ ਆਪਣੇ ਬੰਦਿਆਂ ਦੇ ਨਾਲ, ਨਾਲੇ ਚੀਫ ਮਿਨਿਸਟਰ ਥੋੜ੍ਹੀ ਇਹ ਸੀ ਆਈ ਏ ਸਟਾਫ ਦੇ ਵਿੱਚ ਗੱਲ ਕਰਦਾ ਅਤੇ ਥਾਣੇਦਾਰਾਂ ਨੂੰ ਕਹਿੰਦਾ ਇਹਦੀ ਛਿੱਲ ਲਾ ਦਿਉ, ਇਹ ਤਾਂ ਬਹੁਤ ਵੱਡਾ ਇਹ ਜ਼ੁਲਮ ਕੀਤਾ। ਇਹਦੇ ਖਿਲਾਫ਼ ਜੇ ਅਸੀਂ ਧਰਨਾ ਲਾ ਤਾ ਤਾਂ ਸਾਰਾ ਪੰਜਾਬ ਇਕੱਠਾ ਹੋ ਜੂਗਾ। ਅਤੇ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਦੇਖੋ ਮੇਰੇ ਵੋਟਰ ਵੀ ਹੋ, ਤੁਸੀਂ ਸਾਡੇ ਜ਼ਿਲ੍ਹੇ ਦੇ ਚੀਫ ਮਿਨਿਸਟਰ ਵੀ ਹੋ, ਤੈਨੂੰ ਪੰਜਾਂ ਛੇਆਂ ਦਿਨਾਂ ਦੇ ਵਿੱਚ ਇਹਦੇ 'ਤੇ ਕੇਸ ਵਾਪਸ ਲੈ ਕੇ ਇਹਨੂੰ ਇੱਜ਼ਤ ਦੇ ਨਾਲ ਬਿਹਾਰ ਕਰੋ, ਨਹੀਂ ਤਾਂ ਇਹਦੇ 'ਤੇ ਅਸਰ ਬਹੁਤ ਭੈੜਾ ਹੋਊਗਾ।